ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਜੀ ਪੰਜਾਬ ਦੇ ਵਿੱਚ ਕਾਰ ਦੀ ਪਿਛਲੀ ਸੀਟ ਤੇ ਬੈਲਟ ਲਾਉਣਾ ਹੋਵੇਗਾ ਲਾਜ਼ਮੀ ਜਲਦੀ ਜਾਰੀ ਹੋਵੇਗਾ ਨੋਟੀਫਿਕੇਸ਼ਨ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਕਾਰ ਦੀ ਪਿਛਲੀ ਸੀਟ ਤੇ ਬੈਲਟ ਲਾਜ਼ਮੀ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਗੱਲ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੇ ਸੁਖਬੀਰ ਸਿੰਘ ਬਾਦਵਾ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਐਲਾਨ ਕੀਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਹਾਈਵੇ ਤੇ ਖੜੇ ਟਰੱਕ ਚ ਪਏ ਸੜ ਰਹੇ ਹਜ਼ਾਰਾਂ ਟਨ ਕਸ਼ਮੀਰੀ ਸੇਬ ਕਸ਼ਮੀਰ ਤੇ ਜੰਮੂ ਹਾਈਵੇ ਦੇ ਉੱਤੇ ਮੁਰੰਮਤ ਦੇ ਕੰਮ ਚੱਲਦਿਆਂ ਟਰੱਕਾਂ ਦੇ ਵਿੱਚ ਪਏ ਹਜ਼ਾਰਾਂ ਟਨ ਸੇਬ ਖਰਾਬ ਹੋ ਰਿਹਾ ਜੇ ਸਥਾਨਕ ਕਿਸਾਨਾਂ ਅਤੇ ਸੰਘ ਦੇ ਨੇਤਾ ਇਸ ਸਥਿਤੀ ਤੋਂ ਨਾਰਾਜ਼ ਨੇ ਕਸ਼ਮੀਰ ਦੇ ਹਾਈਵੇ ਤੇ ਚੱਲ ਰਹੇ ਮੁਰੰਮਤ ਕੰਮ ਤੇ ਚੱਲਦਿਆਂ ਸਥਾਨਕ ਸੇਬਾਂ ਨਾਲ ਲੱਦੇ ਸੈਂਕੜੇ ਟਰੱਕ ਸੜਕਾਂ ਦੇ ਫਸ ਗਏ ਨੇ ਬਾਗਬਾਨ ਇਸ ਨੂੰ ਇੱਕ ਤਰ੍ਹਾਂ ਦੀ ਲੁੱਟ ਦੱਸ ਰਹੇ ਨੇ ਬਾਗਬਾਨ ਸੇਬਾਂ ਨੂੰ ਮੰਡੀ ਦੇ ਵਿੱਚ ਲੈ ਕੇ ਜਾਣ ਦੀ ਬਜਾਏ ਕੋਲਡ ਸਟੋਰੇਜ ਵਾਲਿਆਂ ਨੂੰ ਵੇਚਣ ਲਈ ਮਜਬੂਰ ਨੇ ਸੋ ਹਾਈਵੇ ਤੇ 2-3 ਦਿਨ ਟਰੱਕ ਖੜੇ ਰਹੇ ਜਿਸ ਤੋਂ ਬਾਅਦ ਸੇਬ ਗੜਨ ਲੱਗ ਪਿਆ ਤੇ ਇਸ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਡਿੱਗੀਆਂ ਨੇ ਦੱਸਦੀ ਹੈ ਕਿ ਭਾਰਤ ਦੇ ਸਕੇਤਰ ਦੇ ਲੋਕਾਂ ਲਈ ਫਲ ਦੀ ਖੇਤੀ ਰੋਜੀ ਰੋਟੀ ਦਾ ਇੱਕ ਮਹੱਤਵਪੂਰਨ ਸਰੋਤ ਹੈ ਸੋ ਕਰੀਬ 30 ਲੱਖ ਲੋਕ ਫਲ ਦੀ ਖੇਤੀ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਵੇਚਣ ਆਏ ਕਿਸਾਨ ਪਰੇਸ਼ਾਨ ਤਸਵੀਰਾਂ ਦੇਖ ਤੁਸੀਂ ਹੋ ਜਾਵੋਗੇ ਹੈਰਾਨ ਸੋ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਭਾਵੇਂ ਚੋਨੇ ਦੀ ਖਰੀਦ ਲਈ ਸਰਕਾਰੀ ਖਰੀਦ ਦੇ ਲਈ 1 ਅਕਤੂਬਰ ਮਤਲਬ ਕਿ ਇੱਕ ਅਨੁਦਾਰ ਤਰੀਕੀਤੀ ਗਈ ਸੀ ਪਰ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਖੁਰਾਕ ਸਪਲਾਈ ਵਿਭਾਗ ਵੱਲੋਂ ਸਫਾਈ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਇਤੋਂ ਤੱਕ ਕਿ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਆਉਣ-ਮਤਲਬੇ ਕਿਸਾਨਾਂ ਤੇ ਜ਼ਿਮੀਂਦਾਰਾਂ ਲਈ ਪੀਣ ਵਾਲੇ ਪਾਣੀ ਤੱਕ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ। ਜਲੰਧਰ ਬਾਈਪਾਸ ਨੇੜੇ ਲੱਗਦੀ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਮੰਡੀ ਨੂੰ ਦੇਖ ਕੇ ਵਿਭਾਗ ਦੇ ਦਾਅਵਿਆਂ ਦੀ ਪੂਲ ਖੁੱਲ ਜਾਵੇਗੀ। ਕਿਉਂਕਿ ਮੰਡੀ ਦੇ ਵਿੱਚ ਸ਼ਰੇਆਮ ਕੂੜੇ ਦੇ ਢੇਰ ਦਿਖਾਈ ਦੇ ਰਹੇ ਨੇ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀਆਂ ਕਿ ਕਿ ਉਹ ਮੰਡੀਆਂ ਦੇ ਵਿੱਚ ਖੁਦ ਆ ਕੇ ਪ੍ਰਬੰਧ ਚੈੱਕ ਕਰਨ। ਹੋਇਆ ਸ਼ੁਰੂ ਜਾਣੋ ਕੀ ਹੈ 5G ਅਤੇ ਯੂਜ਼ਰ ਨੂੰ ਕਿਵੇਂ ਮਿਲੇਗਾ ਫਾਇਦਾ ਇੰਡੀਆ ਮੋਬਾਈਲ ਕਾਂਗਰਸ ਦੇ 6ਵੇਂ ਐਡੀਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ IMC 2022 ਜੋ 1 ਤੋਂ 4 ਅਕਤੂਬਰ ਤੱਕ ਨਿਊ ਡਿਜੀਟਲ ਯੂਨੀਵਰਸ ਦੇ ਥੀਮ ਨਾਲ ਪੇਸ਼ ਕੀਤਾ ਗਿਆ PM ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ 2022 ਦੇ ਯੋਜਨ ਵਾਲੀ ਥਾਂ ਤੇ 5G ਸੇਵਾਵਾਂ ਦਾ ਕੰਮਕਾਜ ਦਾ ਡੈਮੋ ਦੇਖਿਆ 5G ਦੀ ਮਦਦ ਨਾਲ ਬਿਨਾਂ ਰੁਕਾਵਟ ਕਵਰੇਜ ਹਾਈ ਡਾਟਾ ਤੇ ਬੇਹੱਦ ਵਿਸ਼ਵਾਸਜੋਗ ਕਮਿਊਨੀਕੇਸ਼ਨ ਮਿਲੇਗਾ ਇਸ ਨਾਲ એનર્ਜੀ ਐਫੀਸ਼ੀਐਂਸੀ ਸਪੈਕਟ੍ਰਮ ਐਫੀਸ਼ੀਐਂਸੀ ਅਤੇ ਨੈਟਵਰਕ ਐਫੀਸ਼ੀਐਂਸੀ ਨੂੰ ਵਧਾਵਾ ਮਿਲੇਗਾ 5G ਕੀ ਹੈ ਤੇ 5G ਕਿਸਵੇਂ ਲੋਕਾਂ ਨੂੰ ਫਾਇਦਾ ਮਿਲੇਗਾ ਜਰਨਲਲੀ ਚੈਨਲ ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ 5G ਨੂੰ ਲੋ ਬੈਂਡ ਮਿਡ ਬੈਂਡ ਜਾਂ ਹਾਈ ਬੈਂਡ ਮਿਲੀਮੀਟਰ ਵੇਵ 24 ਗੀਗਾਹਰਟਜ਼ ਤੱਕ ਲਾਗੂ ਕੀਤਾ ਜਾ ਸਕਦਾ ਹੈ ਇਜਲਾਸ ਦੀ ਕਾਰਵਾਈ ਚਲਾਉਣ ਤੇ ਰੋਜ਼ਾਨਾ 70 ਤੋਂ 80 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਕੁਲਤਾਰ ਸੰਧਵਾਨ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵਿੱਚ ਕਾਂਗਰਸੀ ਵਿਧਾਇਕ ਵੱਲੋਂ ਪਾਏ ਜਾਂਦੇ ਅੜਿੱਕੇ ਦਾ ਗੰਭੀਰ ਨੋਟਿਸ ਲੈਂਦਾ ਕੁਲ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਵਿਰੋਧੀ ਧਿਰ ਨੂੰ ਸਿੱਟੇ ਭੁਗਤਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਸੰਧਵਾਨ ਨੇ ਕਿਹਾ ਕਿ ਇਜਲਾਸ ਦੀ ਕਾਰਵਾਈ ਚਲਾਉਣ ਲਈ ਰੋਜ਼ਾਨਾ 80 ਲੱਖ ਰੁਪਏ ਖਰਚਾ ਆਉਂਦਾ ਹੈ ਕਾਂਗਰਸ ਦੇ ਵਿਧਾਇਕਾਂ ਵੱਲੋਂ ਪਾਇ ਰੋਲੇ ਰੱਪੇ ਕਰਕੇ ਸਦਨ ਦੀ ਕਾਰਵਾਈ ਮੁਲਤਵੀ ਹੋਣ ਨਾਲ ਕੀਮਤੀ ਸਮਾਂ ਤੇ ਲੋਕਾਂ ਦਾ ਪੈਸਾ ਬਰਬਾਦ ਹੁੰਦਾ ਹੈ ਪੰਜਾਬ ਦੇ 3 ਕਰੋੜ ਲੋਕ ਸਦਨ ਦੀ ਕਾਰਵਾਈ ਦੇ ਸਿੱਧੇ ਪ੍ਰਸਾਰ ਨੂੰ ਵੇਖਦੇ ਨੇ ਪਰ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਇਜਲਾਸ ਦਾ ਇੱਕ ਹੋਰ ਦਿਨ ਬਰਬਾਦ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ ਸ਼੍ਰੋਮਣੀ ਕਮੇਟੀ ਦੀ ਆਮ ਚੋਣਾਂ ਲਈ ਮਤਾ ਲਿਆਉਣ ਦੀ ਮੰਗ ਪੰਜਾਬ ਵਿਧਾਨ ਸਭਾ ਵਿੱਚ ਸਿਰਫ ਸਿਫਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕਲਵੰਤ ਪੰਡੂਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਕਰਵਾਏ ਜਾਣ ਲਈ ਵਿਧਾਨ ਸਭਾ ਨੂੰ ਮਤਾ ਲਿਆਉਣ ਦੀ ਮੰਗ ਕੀਤੀ ਹੈ ਹਾਕਮਤਰ ਨੇ ਵਿਧਾਇਕ ਦੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿੱਚ ਜੇਕਰ ਪੜਤਾਲ ਕਰਵਾਈ ਜਾਵੇ ਤਾਂ ਵੱਡੇ ਕਾਪਲੇ ਉਜਾਗਰ ਹੋ ਸਕਦੇ ਨੇ ਉਹਨਾਂ ਨੇ ਕਿਹਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ 11 ਸਾਲ ਹੋ ਗਿਆ ਹੈ ਲਹਿਰਾ ਗੱਗਤੋ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਗੱਗਰ ਦੀ ਮਾਰ ਦਾ ਮੁੱਦਾ ਚੁੱਕ ਦਿਆ ਗਿਆ ਕਿ ਦਰਿਆ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਪੱਕਾ ਬੰਦੋਬਸਤ ਕੀਤਾ ਜਾਣਾ ਚਾਹੀਦਾ ਹਿਮਾਚਲ ਅਤੇ ਹਰਿਆਣਾ ਦੇ ਵੱਡੇ ਹਿੱਸੇ ਸਮੇਤ ਪੰਜਾਬ ਦੇ ਇੱਕ ਹਿੱਸਾ ਇਹਦਾ ਪਾਣੀ ਦਰਿਆ ਰਾਹੀਂ ਲੋਕਾਂ ਦੀ ਜਾਨ ਅਤੇ ਮਾਲ ਲਈ ਖਤਰੇ ਖੜੇ ਕਰਦਾ ਤੇ ਇਸ ਵੇਲੇ ਇਹ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ ਫੁੱਟਬਾਲ ਮੈਚ ਦੇਖਣ ਆਏ ਹਜ਼ਾਰਾਂ ਦਰਸ਼ਕ ਅਚਾਨਕ ਡਿੱਗ ਗਏ ਸਟੇਡੀਅਮ ਦੇ ਵਿਜ਼ਰ ਭਾਰਤ ਵਿੱਚ ਕਿਸ ਤਰ੍ਹਾਂ ਕ੍ਰਿਕਟ ਦਾ ਜੋਸ਼ ਲੋਕਾਂ ਦੇ ਸਿਰ ਚਰ ਬੋਲਦਾ ਉਸੇ ਤਰ੍ਹਾਂ ਦੁਨੀਆ ਦੇ ਕਈ ਅਜਿਹੇ ਦੇਸ਼ ਨੇ ਜਿੱਥੇ ਫੁੱਟਬਾਲ ਪ੍ਰਤੀ ਲੋਕਾਂ ਨੂੰ ਜਨੂਨ ਦੇਖਣ ਨੂੰ ਮਿਲਦਾ ਹੈ ਸਭ ਦੇ ਵਿੱਚ ਘਰ ਦੱਖਣੀ ਅਮਰੀਕੀ ਦੇਸ਼ ਚਿਲੀ ਦੇ ਵਿੱਚ ਮੰਦਭਾਗੀ ਘੜਨਾ ਸਾਹਮਣੇ ਆਇਆ ਫੁੱਟਬਾਲ ਦਾ ਮੈਚ ਹੋਇਆ ਸੀ ਤੇ 50 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇੱਕ ਸਟੇਡੀਅਮ 'ਚ ਵੱਡੀ ਗਿਣਤੀ ਵਿੱਚ ਦਰਸ਼ਕ ਪੁੱਜੇ ਸਨ ਸਟੇਡੀਅਮ ਦਾ ਇੱਕ ਹਿੱਸਾ ਦਾ ਵਿਜ਼ਰ ਅਚਾਨਕ ਡਿੱਗ ਪਿਆ ਦਰਅਸਲ ਘੜਨਾ ਚਿਲੀ ਦੀ ਰਾਸਤਾਨੀ ਸੈਂਟੀਆਗੋ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਕੋਲੋ ਕੋਲ ਸਟੇਡੀਅਮ ਦੇ ਸਾਹਮਣੇ ਹੋਇਆ ਜਿੱਥੇ ਸਟੇਡੀਅਮ ਦੇ 33 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਲਈ ਇੱਕ ਪ੍ਰਦਰਸ਼ਨੀਚੂ ਮੈਚ ਕਰਵਾਇਆ ਗਿਆ ਸੀ ਇੱਥੇ ਸਿਰਫ ਸਮਰੱਥਾ 50000 ਦਰਸ਼ਕਾਂ ਦੀ ਸੀ ਪਰ ਇੱਥੇ 70000 ਦੇ ਕਰੀਬ ਦਰਸ਼ਕ ਪਹੁੰਚ ਗਏ ਜਿਨ੍ਹਾਂ ਨੇ ਨੱਚ-ਨੱਚ ਕੇ ਪਰਥੂ ਪਾ ਦਿੱਤਾ ਤੇ ਸਟੇਡੀਅਮ ਡਿੱਗ ਗਿਆ ਕੁੜੀਆਂ ਨੂੰ ਵਿਦੇਸ਼ ਜਾਣ ਦੀ ਬਜਾਏ ਹਰ ਖੇਤਰ ਚੋਂ ਅੱਗੇ ਆਉਣਾ ਚਾਹੀਦਾ ਡਾਕਟਰ ਗੁਰਪ੍ਰੀਤ ਕੌਰ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਮਾਨ ਨੇ ਅਤੇ ਉਹਨਾਂ ਦੀ ਮਾਤਾ ਪੈਣ ਮਨਦੀਪ ਕੌਰ ਬੀਤੇ ਦਿਨੀ ਰਣਜੀਤ ਏਵੇਨਿਊ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਇਸ ਦੌਰਾਨ ਹਲਕਾ ਪੂਰਬੀ ਵਿਧਾਇਕਾ ਜੀਵਨ ਜੋਤ ਕੌਰ ਨੇ ਮੁੱਖ ਮੰਤਰੀ ਦੇ ਪਰਿਵਾਰ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਨਾਨੀਆਂ ਦੀ ਸੁਰੱਖਿਆ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਨੌਜਵਾਨ ਕੁੜੀਆਂ ਨੂੰ ਪੜ੍ਹ ਲਿਖ ਕੇ ਅੱਗੇ ਆਉਣਾ ਚਾਹੀਦਾ ਹੈ ਨੇ ਕੁੜੀਆਂ ਨੂੰ ਵਜੇਸ਼ ਨਹੀਂ ਜਾਣਾ ਚਾਹੀਦਾ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਖਿਲਾਫ ਸਿਮਰਜੀਤ ਮਾਨ ਦਾ ਪੁੱਤਰ ਅਦਾਲਤ ਪਹੁੰਚਿਆ ਉਹਨਾਂ ਨੇ ਜ਼ਮੀਨੀ ਵਿਵਾਦ 'ਚ ਆਪਣੇ ਨਾਂ ਤੇ 125 ਏਕੜ ਜ਼ਮੀਨ ਹੋਣ ਦਾ ਦਾਵਾ ਕੀਤਾ ਇਮਾਨ ਸਿੰਘ ਦੇ ਮੁਤਾਬਕ ਸੀਐਮ ਅਤੇ ਪੰਚਾਇਤ ਮੰਤਰੀ ਦੇ ਅਨੁਸਾਰ ਜੇਕਰ ਉਹਨਾਂ ਕੋਲ ਇੰਨੀ ਜ਼ਮੀਨ ਹੈ ਤਾਂ ਉਹ ਇਸ ਨੂੰ ਸਾਬਤ ਕਰਕੇ ਦਿਖਾਓ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ 5 ਸਤੰਬਰ ਨੂੰ ਹੋਵੇਗੀ ਪੰਜਾਬ ਰੋਡਵੇਜ ਪੀਆਰਟੀਸੀ ਪਣਬੱਸ ਮੁਲਾਜ਼ਮਾਂ ਦਾ ਪ੍ਰਦਰਸ਼ਨ ਖਰੜ نیشنل ਹਾਈਵੇ ਕੀਤਾ ਜਾਮ ਤੇ ਆਤਮਦਾਦ ਦਿੱਤੀ ਚੇਤਾਵਨੀ ਆਊਟਸੋਰਸ ਭਰਤੀ ਮਾਮਲੇ 'ਚ ਸੁਨੇਚਰਵਾਰ ਨੂੰ ਪਣਬੱਸ ਚੰਡੀਗੜ੍ਹ ਬੱਸ ਡਿਪੂ ਦੇ ਬਾਹਰ ਪੰਜਾਬ ਰੋਡਵੇਜ ਪਣਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਜੀ ਰੋਡਵੇਜ ਦੇ ਕੱਚੇ ਕਾਮਿਆਂ ਦੇ ਨਾਲ ਖਰੜ نیشنل ਹਾਈਵੇ ਜਾਮ ਕੀਤਾ ਹੋਇਆ ਜੀ ਵਿਭਾਗ ਵੱਲੋਂ ਆਊਟਸੋਰਸ ਭਰਤੀ ਦੀ ਪ੍ਰਕਿਰਿਆ ਨੂੰ ਨਾ ਰੋਕ ਕੇ ਜਾਣ ਤੇ ਕੁਝ ਵਰਕਰਾਂ ਨੇ ਬੱਸਾਂ 'ਚੋਂ ਸਵਾਰ ਹੋ ਕੇ ਆਪਣੇ ਆਪ ਤੇ ਪੈਟਰੋਲ ਪਾਵ ਲਿਆ ਤੇ ਅੱਗ ਲਾਉਣ ਦੀ ਧਮਕੀ ਦਿੱਤੀ। ਜਾਣਕਾਰੀ ਮੁਤਾਬਕ ਯੂਨੀਅਨ ਦੇ ਮੁਲਾਜ਼ਮਾਨ ਦੀ ਬਾਹਰ ਬਹਾਲੀ ਤੇ ਆਊਟਸੋਰਸ ਭਰਤੀ ਬੰਦ ਕਰਨ ਦੀ ਮੰਗ ਉਠਾਈ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਸਬੰਧਤ ਵਿਭਾਗ ਅਧਿਕਾਰੀ ਤੇ ਪੁਲਿਸ ਵੱਲੋਂ ਠੇਕਾ ਮੁਲਾਜ਼ਮਾਨ ਨੂੰ ਮੰਨਵਾਉਣ ਦੇ ਯਤਨ ਕੀਤੇ ਗਏ ਪਰ ਵਰਕਰਾਂ ਨੇ ਬੱਸਾਂ ਤੋਂ ਨਾ ਉਤਰ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਤਰਨਤਾਰਨ ਤੋਂ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਕੈਨੇਡਾ ਪੁੱਤਰ ਨੂੰ ਮਿਲਣ ਗਿਆ ਪਰ ਹੁਣ ਲਿਆਉਣਗੇ ਉਸ ਦੀ লাশ ਉੱਥੇ ਹੁਣ ਉਸ ਦੀ লাশ ਨੂੰ ਲੈ ਕੇ ਆਉਣਾ ਪਵੇਗਾ ਜੀ ਉਹਨਾਂ ਤੇ ਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਸ਼ਾਇਦ ਅਜੇ ਹਾਂ ਉਹਨਾਂ ਭਾਗੇ ਮਾਪੇ ਸੁਪਨੇ ਤੇ ਵਿੱਚ ਵੀ ਨਹੀਂ ਦੇਖਿਆ ਹੋਵੇਗਾ ਜ਼ਿਆਦਾ ਜਾਣਕਾਰੀ ਦੇ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਆਮ ਪੰਸਲਾ ਜੀ ਇਸ ਸਰਟੀਫਿਕੇਟ ਤੋਂ ਬਿਨਾ ਦਿੱਲੀ ਚ 25 ਅਕਤੂਬਰ ਤੋਂ ਨਹੀਂ ਮਿਲੇਗਾ ਪੈਟਰੋਲ ਡੀਜ਼ਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਫੈਸਲਾ ਕੀਤਾ ਕਿ 25 ਅਕਤੂਬਰ ਤੋਂ ਰਾਸ਼ਟਰੀ ਰਾਜਸਥਾਨੀ ਦੇ ਪੈਟਰੋਲ ਪੰਪਾਂ ਤੇ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਤੋਂ ਬਿਨਾ ਪੈਟਰੋਲ ਅਤੇ ਡੀਜ਼ਲ ਉਪਲਬਧ ਨਹੀਂ ਕਰਵਾਇਆ ਜਾਵੇਗਾ ਇਸ ਸਬੰਧਤ ਦਿੱਲੀ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ ਇਹ ਵੀ ਦੱਸਿਆ ਕਿ ਵਾਤਾਵਰਨ, ਟ੍ਰਾਂਸਪੋਰਟ ਅਤੇ ਆਵਾਜਾਈ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ 29 ਸਤੰਬਰ ਨੂੰ ਬੁਲਾਈ ਗਈ ਸੀ ਜਿਸ ਤੋਂ ਬਾਅਦ 31 ਅਕਤੂਬਰ ਤੋਂ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਸ਼ੂਟਰ ਦੀਪਕ ਮੁੰਡੀ ਨੂੰ ਲੈ ਕੇ ਅਦਾਲਤ ਨੇ ਸੁਣਾਇਆ ਫੈਸਲਾ। 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਕੀਤਾ ਜੀ ਗੈਂਗਸਟਰ ਦੀਪਕ ਮੁੰਡੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਛੇਵੇਂ ਅਤੇ ਆਖਰੀ ਸ਼ੂਟਰ ਸੀ ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫਤੋਂ ਬਾਹਰ ਚੱਲ ਰਿਹਾ ਸੀ ਹਾਲੀ ਦੇ ਵਿੱਚ ਉਸ ਨੂੰ ਪੰਜਾਬ ਪੁਲਿਸ ਅਤੇ ਹੋਰ ਏਜੰਸੀਆਂ ਨੇ ਨੇਪਾਲ ਦੇ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਨੂੰ ਗ੍ਰਾਹਾਂ ਨੂੰ ਛਟਕਾ ਕਿਸਾਨਾਂ ਨੇ ਵੱਡੀ ਗਿਣਤੀ 'ਚ ਛੱਡੀ ਜਥੇਬੰਦੀ ਬਰਨਾਲਾ ਦੇ ਗੰਗ ਹੋਰ ਦੇ ਬੀਕੇਜੂ ਗ੍ਰਾਹਾਂ ਦੇ ਵਰਕਰ ਜਿੱਥੇ ਜਥੇਬੰਦੀ ਨੂੰ ਛੱਡ ਕੇ ਬੀਕੇਜੂ ਸਿੱਧੂਪੁਰ ਤੋਂ ਸ਼ਮੂਲੀਅਤ ਕਰ ਗਏ ਨੇ ਉਹ ਗ੍ਰਾਹਾਂ ਛੱਡਣ ਵਾਲਿਆਂ ਦਾ ਦੋਸ਼ ਹੈ ਕਿ ਜਥੇਬੰਦੀ ਦੇ ਆਗੂ ਲਗਾਤਾਰ ਸਿੱਖਾਂ ਦੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਨੇ ਜਿਸ ਕਰਕੇ ਜਥੇਬੰਦੀ ਦੇ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਜੇ ਬਰਨਾਲਾ ਦੇ ਪਿੰਡ ਗੰਗੌਰ ਚੂ ਕਈ ਬੀਕੇਯੂ ਉਗਰਾਹਾਂ ਦੇ ਵਰਕਰਾਂ ਨੇ ਜਥੇਬੰਦੀ ਛੱਡ ਕੇ ਬੀਕੇਯੂ ਸਿੱਧੂਪੁਰ ਦੇ ਵਿੱਚ ਸ਼ਾਮੂਲੀਅਤ ਕਰ ਲਈ ਸਿੱਧੂਪੁਰ ਦੇ ਨੇਤਾਵਾਂ ਨੇ ਸਮੂਹ ਵਰਕਰਾਂ ਨੂੰ ਆਪਣੇ ਜਥੇਬੰਦੀ ਦੇ ਵਿੱਚ ਸ਼ਾਮਲ ਕੀਤਾ ਵੀਮਾ 30 ਨੇ ਚਾਈਨਿਸ ਸਮਾਰਟਫੋਨ ਕੰਪਨੀ ਐਗਜ਼ੋਮੀ ਦੇ 5551 ਕਰੋੜ ਰੁਪਏ ਦੀ ਜ਼ਬਤੀ ਦੇ ਲਈ ਮੋਰ ਵਿਦੇਸ਼ੀ ਮੁਦਰਾ ਪਰਵੰਧਨ ਐਕਟ ਦੇ ਤਹਿਤ ਗਠਿਤ ਸਮਰੱਥ ਅਥਾਰਟੀ ਨੇ ਚੀਨੀ ਮੋਬਾਈਲ ਫੋਨ ਨਿਰਮਾਤਾ ਸ਼ੂਮੀ ਦੇ ਬੈਂਕ ਖਾਤਿਆਂ 'ਚ ਜਮ੍ਹਾਂ 5551 ਕਰੋੜ ਰੁਪਏ ਜ਼ਬਤ ਕਰਨ ਦੇ ਆਦੇਸ਼ ਨੂੰ ਮਨਜ਼ੂਰੀ ਦਿੱਤੀ ਹੈ ਭਾਰਤ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਬਤੀ ਹੈ ਈਡੀ ਨੇ ਸ਼ੁੱਕਰਵਾਰ ਨੂੰ ਫੇਮਸ ਸਮਰੱਥ ਅਥਾਰਟੀ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ 29 ਅਪ੍ਰੈਲ ਨੂੰ ਈਡੀ ਨੇ ਫੇਮ ਐਕਟ ਤੈਤ ਸ਼ਾਉਮੀ ਦੇ ਇੱਕ ਬੈਂਕ ਡਿਪੋਜ਼ਿਟ ਨੂੰ ਜਬਤ ਕਰਨ ਦਾ ਆਦੇਸ਼ ਜਾਰੀ ਕੀਤਾ ਸੀ ਬਾਅਦ ਦੇ ਵਿੱਚ ਹੁਕਮ ਅਥਾਰਟੀ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਸੀ ਡੌਂਕੀ ਲਾ ਕੇ ਅਮਰੀਕਾ ਚੋਂ ਦਾਖਲ ਹੁੰਦੇ ਪ੍ਰਵਾਸੀਆਂ ਤੇ ਹੋਈ ਗੋਲੀਬਾਰੀ ਇੱਕ ਦੀ ਮੌਤ ਆਏ ਦੇ ਨਹੀਂ ਗੈਰ ਕਾਨੂੰਨੀ ਟੰਗ ਨਾਲ ਅਮਰੀਕਾ ਜਾਂਦੇ ਪ੍ਰਵਾਸੀਆਂ ਸੰਬੰਧੀ ਖਬਰਾਂ ਆਉਂਦੀਆਂ ਨੇ ਜਿੰਨਾਂ ਜੋ ਕਈ ਸਫਲਤਾਪੂਰਵਕ ਸਰਹੱਦ ਪਾਰ ਕਰ ਜਾਂਦੇ ਨੇ ਪਰ ਕਈਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਕਈਆਂ ਨੂੰ ਤਾਂ ਆਪਣੀ ਜਾਣਗਵਾਨੀ ਪੈਂਦੀ ਹੈ ਜਿਹੀ ਜਾਣਕਾਰੀ ਅਮਰੀਕਾ ਦੇ ਟੈਕਸਾਸ ਤੋਂ ਮਿਲੀ ਜਿੱਥੇ ਕੁਝ ਪ੍ਰਵਾਸੀ ਡੋਂਕੀ ਲਾ ਕੇ ਮਕਸੀਕੋ ਤੋਂ ਅਮਰੀਕਾ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਨਾਂ ਤੇੰਨੇ ਵਾ ਗੋਲੀਆਂ ਚਲਾਈਆਂ ਗਈਆਂ ਗੋਲੀਬਾਰੀ ਚ ਇੱਕ ਪ੍ਰਵਾਸੀ ਦੀ ਮੌਤ ਹੋ ਗਈ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਤੋਂ ਦਾਖਲ ਕਰਵਾਇਆ ਗਿਆ ਤੇ ਇਸ ਮਾਮਲੇ ਵਿੱਚ ਟੈਕਸਾਸ ਜ਼ਿਲ੍ਹੇ ਦੇ ਸਾਬਕਾ ਵਾਰਡਨ ਮਸ਼ੇਲ ਸ਼ੇਪਰਾੜ ਅਤੇ ਉਸਦੇ ਭਰਾ ਮਾਸਕ ਸ਼ੇਪਰਾੜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੁੱਖ ਮੰਤਰੀ ਦੇ ਪ੍ਰੋਸੇ ਤੋਂ ਬਾਅਦ ਟਿਪਰ ਚਾਲਕਾਂ ਨੇ ਚੁੱਕਿਆ ਤਰਨਾ ਪਿਛਲੇ 8 ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ ਦੇ ਦੇ ਰਹੇ ਸੀ ਤਰਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਸੇ ਤੋਂ ਬਾਅਦ ਵਿਧਾਇਕ ਗੁਰਪ੍ਰੀਤ ਗੋਗੀ ਕੁਲਵੰਤ ਸਿੱਧੂ ਨੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਟਿਪਰ ਚਾਲਕਾਂ ਨਾਲ ਮੁਲਾਕਾਤ ਕਰਕੇ ਤਰਨਾ ਚਲਵਾ ਚੁਕਵਾ ਦਿੱਤਾ ਟਿਪਰ ਚਾਲਕਾਂ ਕਈ ਦਿਨਾਂ ਤੋਂ ਤਰਨੇ ਤੇ ਬੈਠੇ ਸਨ। ਪਰੋਸੇ ਤੋਂ ਬਾਅਦ ਇੱਕ ਖੱਡ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਬਾਕੀ ਖੱਡਾ ਖੋਲ ਜਾਣਗੇ ਉਹਨਾਂ ਨੇ ਕਿਹਾ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਲੋਕਾਂ ਨੂੰ ਥਲੇਤਾ ਸਸਤੀ ਮਿਲੇਗੀ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਚੁਕਾਈ ਨੂੰ ਲੈ ਕੇ ਪੁੱਛੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਪਰ ਬਾਵਜੂਦ ਇਸ ਦੇ ਅਧਿਕਾਰੀਆਂ ਨੂੰ ਵੀ ਕਿਸਾਨਾਂ ਦੀ ਫਸਲ ਚੁਕਾਈ ਅਤੇ ਮੰਡੀਆਂ ਚ ਪੂਖਤਾ ਇੰਤਜ਼ਾਮ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਸਿਹਤ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਕੈਨੇਡਾ ਐਮਰਜੈਂਸੀ ਮਜਬੂਰੀ ਚ ਵੀ 100 125 ਘੰਟੇ ਇੰਤਜ਼ਾਰ ਕਰਨ ਲਈ ਮਜਬੂਰ ਕੈਨੇਡਾ ਸਮੇਂ ਮੈਡੀਕਲ ਸੰਕਟ ਨਾਲ ਜੂਝ ਰያ ਦੀ ਹਾਲਤ ਇਹ ਹੈ ਕਿ ਮਰੀਜ਼ਾਂ ਨੂੰ ਇਲਾਜ ਲਈ 125 ਘੰਟੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਜੀ ਟਰੋਮਾ ਦੇ ਮਰੀਜ਼ ਵੀ 4 ਦਿਨਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਕੈਨੇਡਾ ਦੇ ਵਿੱਚ ਸਿਹਤ ਕਰਮਚਾਰੀਆਂ ਦੀ ਵੱਡੀ ਘਾਟ ਹੈ ਮੋੜ ਲਈ ਸਹਾਤ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਘਾਟ ਨਾਲ ਬਿਮਾਰ ਪੈ ਰਹੇ ਨੇ ਕੈਨੇਡਾ ਦੇ ਵਿੱਚ 75000 7500 ਡਾਕਟਰਾਂ ਦੀ ਘਾਟ ਹੈ ਤੇ 온ਟਾਰੀਓ ਚ ਐਮਰਜੈਂਸੀ ਫਿਜੀਸ਼ੀਅਨ ਡਾਕਟਰ ਰਾਗੂ ਵੈਨੂ ਗੋਪਾਲ ਦਾ ਮੰਨਣਾ ਕਿ ਹਿਸਾਬ ਸਿਆਸੀ ਵੀ ਹੈ ਉਹਨਾਂ ਨੇ ਕਿਹਾ ਜੀ 온ਟਾਰੀਓ ਤੋਂ ਸਟਾਫ ਦੀ ਘਾਟ ਕਾਰਨ ਵੀ ਤੋਂ ਬਾਅਦ ਐਮਰਜੈਂਸੀ ਵਿਭਾਗਾਂ ਨੂੰ ਬੰਦ ਕਰਨ ਦਾ ਸਿਹਤ ਮੰਤਰੀ ਨੇ ਇਹ ਐਲਾਨ ਕਰ ਦਿੱਤਾ ਹੈ ਸਤਿਆਪਾਲ ਮਲਿਕ ਮੇਗਾਲਿਆ ਦੇ ਰਾਜਪੱਲੋਂ ਵੱਲੋਂ ਹੋਏ ਸੇਵਾਮੁਕਤ ਸੋ ਸਤਿਆਪਾਲ ਮਲਿਕ ਮੇਗਾਲਿਆ ਦੇ ਰਾਜਪੱਲ ਵੱਲੋਂ ਸੇਵਾਮੁਕਤ ਹੋ ਗਏ ਨੇ 30 ਨਵੰਬਰ 2017 ਨੂੰ ਬਿਹਾਰ ਤੋਂ ਇਲਾਜਪਾਲ ਨਿਯੁਕਤ ਕੀਤੇ ਗਏ ਸੀ ਅਗਸਤ 2018 ਨੂੰ ਜੰਮੂ ਕਸ਼ਮੀਰ ਦਾ ਰਾਗਪਾਲ ਤੇ 2020 ਦੇ ਵਿੱਚ ਮੇਘਾਲਿਆ ਦਾ ਰਾਜਪਾਲ ਮੁਕਤ ਕੀਤਾ ਗਿਆ ਸੀ ਸਤਿਆਪਾਲ ਮਾਲਕ ਨੇ ਸਪਸ਼ਟ ਕੀਤਾ ਕਿ ਹੁਣ ਸਰਗਰਮ ਰਾਜਨੀਤੀ ਦਾ ਹਿੱਸਾ ਨਹੀਂ ਰਹਿਣਗੇ ਤੇ ਨਾ ਹੀ ਕੋਈ ਚੋਣ ਲੜਨਗੇ ਕਿਸਾਨਾਂ ਦੀ ਭਲਾਈ ਵਾਸਤੇ ਕੰਮ ਕਰਨਗੇ ਆਰਐਲਡੀ ਚ ਸ਼ਾਮਲ ਨਹੀਂ ਹੋਵਾਂਗਾ ਕਿਸਾਨਾਂ ਲਈ ਕਰਾਂਗਾ ਕੰਮ ਮਾਲਕ ਮੇਘਾਲਿਆ ਦੇ ਰਾਜਪਾਲ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਪੰਜਾਬ ਦੇ ਰਾਜਪਾਲ ਕਰਾਉਣ ਆਪਰੇਸ਼ਨ ਲੋਟਸ ਦੀ ਜਾਂਚ ਸ਼੍ਰੋਮਣੀ ਅਕਾਲੀ ਦਲ ਬਾਦਲ ਬਸਪਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਧਤ ਨੂੰ ਲੋਟਸ ਆਪਰੇਸ਼ਨ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਅੱਜ ਜੀ ਉਹਨਾਂ ਨੇ ਵਿਧਾਇਕਾਂ ਨੇ ਰਾਜਪਾਲ ਨੂੰ ਮਿਲ ਕੇ ਅਪੀਲ ਕੀਤੀ ਕਿ ਸੀਬੀਆਈ ਤੇ ਈਡੀ ਦੀ ਜਾਂਚ ਦੇ ਹੁਕਮ ਦੇਣ ਤੇ ਆਪਰੇਸ਼ਨ ਲੋਟਸ ਦਾ ਤਾਪ ਨੂੰ ਭਾਜਪਾ ਵੱਲੋਂ 52 ਕਰੋੜ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ ਇਸ ਦੀ ਨਿਆਂਕ ਜਾਂਚ ਸ਼ੁਰੂ ਕਰਨ ਲਈ ਸਰਕਾਰ ਨੂੰ ਨਿਰਦੇਸ਼ ਦਿੱਤਾ ਜਾਣ News, ब्रेकिंग न्यूज़ दलालाबाद ਵਿੱਚ ਚੋਰੀ ਦੀ ਵੱਡੀ ਵਾਰਦਾਤ ਹੈ ਕਿ ਲੱਖ ਦਾ ਚੂਨਾ ਚੋਰੀ ਪੁਲਿਸ ਨੇ ਮੁਕਦਮਾ ਕੀਤਾ ਦਰਜ ਸੋ ਜੀ ਨੂੰ ਬਿੱਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਤੁਹਾਡੇ ਲਈ ਉਹੀ ਲੈ ਕੇ ਹਾਜ਼ਰ ਹੋਏ ਆਂ ਦਲਾਲਾਬਾਦ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਹੋ ਗਈ ਹੈ ਜਿੱਕਿ ਲੱਖ ਰੁਪਏ ਦਾ 600 ਬੋਰੀਆਂ ਚੂਨਾ ਜਿਹੜਾ ਪ੍ਰਿਆਹ ਜੀ ਉਹ ਚੋਰੀ ਕਰ ਲਿਆ ਗਿਆ ਜੀ ਜਦ ਕਿ ਦਰਜਨ ਪਰ ਗਿਣਤੀ ਚ ਹੈ ਚੋਰਾਂ ਨੇ ਮੌਕੇ ਤੇ ਮੁਲਾਜ਼ਮਾਂ ਤੇ ਚੌਂਕੀਦਾਰਾਂ ਦੀ ਕੋਟ ਮਾਰ ਕਰਕੇ ਬੰਦਕ ਬਣਾ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਦੱਸਦੀ ਹੈ ਕਿ ਚੋਰ ਇੰਨੇ ਛਾਤਰ ਸੀ ਕਿ ਉਹਨਾਂ ਨੇ ਗਦਾਮ ਵਿੱਚ ਟਰਾਲੀਆਂ 'ਚ ਲੱਦੇ ਮਾਲ ਨੂੰ ਆਪਣੇ ਵਾਹਨਾਂ ਵਿੱਚ ਲੋਡ ਕਰਕੇ ਲੈ ਗਏ ਪੂਰੀ ਵਾਰਦਾਤ ਤੋਂ ਬਾਅਦ ਵਪਾਰੀ ਵਰਗ ਦੇ ਵਿੱਚ ਦਹਿਸ਼ਤ ਫੈਲ ਗਈ ਉਹਨਾਂ ਨੇ ਕਿਹਾ ਅੱਜ ਕਰਜ਼ਾ ਚੁੱਕ ਕੇ ਕਾਰੋਬਾਰ ਚਲਾਇਆ ਜਾ ਰਿਹਾ ਤੇ ਚੋਰੀ ਦੀ ਵੱਡੀ ਵਾਰਦਾਤ ਨੇ ਉਹਨਾਂ ਦੀ ਚਿੰਤਾ ਵਧਾ ਦਿੱਤੀ ਹੈ ਪੁਲਿਸ ਮੁਲਾਜ਼ਮ ਸਤਨਾਮ ਸ਼ਰਮਾ ਨੇ ਤੋੜਿਆ ਦੰਮ ਕੁਝ ਦਿਨ ਪਹਿਲਾਂ ਸੜਕ ਹਾਦਸੇ 'ਚ ਉਸਨਨ ਜ਼ਖਮੀ gold and silver update rates ਜਾਨੋ ਪੰਜਾਬ ਦੇ ਵਿੱਚ ਸੋਨਾ ਚਾਂਦੀ ਦੀ ਕੀਮਤ ਪੰਜਾਬ ਦੇ ਵਿੱਚ ਸੋਨਾ ਚਾਂਦੀ ਦੇ ਰੇਟ ਹਰ ਰੋਜ਼ ਬਦਲੇ ਬਦਲਾਅ ਦੇਖੇ ਜਾ ਰਹੇ ਹਨ 1 ਅਕਤੂਬਰ ਨੂੰ ਵੀ ਸੋਨਾ ਤੇ ਚਾਂਦੀ ਦੀਆਂ ਕੀਮਤਾਂ 'ਚ ਕੁਝ ਬਦਲਾਅ ਦੇਖਿਆ ਗਿਆ ਜੀ ਆਪਣੇ ਸ਼ਹਿਰ ਦਾ ਰੇਟ ਜਾਣਨ ਦੇ ਲਈ ਤੁਸੀਂ ਚੈਨਲ ਦੇ ਪਾਈ ਵੱਡੀ ਵੀਡੀਓ ਚੈੱਕ ਕਰ ਸਕਦੇ ਹੋ ਜੀ 5g ਡਿਜੀਟਲ ਕਾਮ ਤੈਨੂੰ ਦੇਸ਼ ਭਾਰਤ ਚੋਂ ਦਸੰਬਰ ਤੱਕ ਜੀਓ ਸੇਵਾ ਮੁਕੇਸ਼ ਸ਼ੰਭਾਨੇ ਦੇਸ਼ ਦੇ ਵਿੱਚ আল্ট্রা হাই স্পিড ইন্টারনেট ਸੇਵਾ ਸ਼ੁਰੂ ਹੋ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੰਡੀਅਨ ਮੋਬਾਈਲ ਕਾਂਗਰਸ 2022 ਚੋ 5G ਦੀ ਸ਼ੁਰੂਆਤ ਕੀਤੀ ਇਸ ਮੌਕੇ ਖੇਤਰ ਦੀਆਂ ਦੋ ਵੱਡੀਆਂ ਮੋਬਾਈਲ ਕੰਪਨੀਆਂ ਨੇ 5G ਮੋਬਾਈਲ ਸੇਵਾ ਸ਼ੁਰੂ ਕੀਤੀ ਹੈ ਜੀ ਐਟਲ ਇਨ ਵਾਰਾਨਸੀ Jio ਨੇ ਅੰਮਦਾਬਾਦ ਦੇ ਇੱਕ ਪਿੰਡ ਤੋਂ 5G ਸੇਵਾ ਸ਼ੁਰੂ ਕੀਤੀ ਜੀ ਉੱਤਰ ਪ੍ਰਦੇਸ਼ ਗੁਜਰਾਤ ਦੇ ਮੁੱਖ ਮੰਤਰੀ ਵੀ ਮੌਜੂਦ ਸਨ ਇਸ ਮੌਕੇ ਰਾਇਲੈਂਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਕੁਸ਼ਣ ਬਾਦਨੀ ਨੇ ਕਿਹਾ ਜੀ 5G ਡਿਜੀਟਲ ਕਾਮ ਤੈਨੂੰ ਇਹ ਤਕਨੀਕ ਭਾਰਤੀਆਂ ਦੇ ਜੀਵਨ ਚ ਸਿਹਤ, ਦੌਲਤ ਅਤੇ ਖੁਸ਼ਹਾਲੀ ਲੈ ਕੇ ਆਵੇਗੀ। ਸਸਤੀਆਂ ਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਹੋਣ ਕਰਨੀਆਂ ਸੰਭਵ ਹੋਣਗੀਆਂ। ਬਾਨੀ ਨੇ ਕਿਹਾ ਕਿ Jio ਦੇ 5G ਦੀ ਸੇਵਾ ਦੂਸੰਪਰਤ ਤੱਕ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਈ ਜਾਵੇਗੀ। ਪੀਐਮ મોદી ਦਾ ਭਰੋਸਾ ਕਿਸਾਨਾਂ ਲਈ ਐਮਐਸਪੀ ਜ਼ਰੂਰ ਹੋਵੇਗੀ। ਲਾਗੂ ਭਾਜਪਾ ਵੱਲੋਂ ਸਿੱਖਾਂ ਦੇ ਹੱਕ ਜੂ ਲਾਏ ਗਏ। ਅਨੇਕ ਸਲਾਂਗਾ ਜੋਗ ਫੈਸਲੇ ਸਵਾਲ ਇੰਡੀਆ ਜੱਟ ਮਹਾਸਭਾ ਦੇ ਰਾਸ਼ਟਰੀ ਡੈਲੀਗੇਟ ਨੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਕਿਸਾਨ ਆਗੂ ਚੰਡੀਗੜ੍ਹ ਨੰਬਰ ਦਾ ਯੂਨੀਅਨ ਦੇ ਪ੍ਰਧਾਨ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਜਿੰਦਰ ਸਿੰਘ ਵੱਡਾ ਢੇੜੀ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਮੰਨਣ ਦਾ ਲੈਣੀਆਂ ਚਾਹੀਦੀਆਂ ਨੇ ਜੀ ਪੰਜਾਬੀ ਜਾਗਰਣ ਦੇ ਗੱਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਜੀ ਕਈ ਇੱਕ ਸਾਲ ਵਿੱਚ ਚੱਲੇ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਜਿਹੜੇ ਵਾਅਦੇ ਸੰਦਖਾ ਵਾਪਸ ਆਯਾ ਉਹ ਸਾਰੇ ਪੂਰੇ ਹੁਣ ਉਹਨਾਂ ਨੇ ਕਿਹਾ ਜੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਸੰਬੰਧੀ ਪੱਕਾ ਪ੍ਰੋਸਾ ਦਵਾਇਆ ਹੈ ਕਿਸਾਨਾਂ ਨਾਲ ਕੀਤਾ ਹਰ ਇੱਕ ਇੱਕ ਵਾਦਾ ਪੂਰਾ ਕੀਤਾ ਜਾਵੇਗਾ ਪਰ ਕਦੋਂ ਇਹ ਨਹੀਂ ਦੱਸਿਆ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਅੰਤਰੀ ਮੈਂਬਰ ਵਜੂ ਵਿੱਚ ਰਹੇ ਰਜਿੰਦਰ ਸਿੰਘ ਬੱਢਹੜੀ ਨੇ ਕਿਹਾ ਜੀ ਬਹੁਤ ਇਹ ਅਗੋਂ ਸਿਰਫ ਇਸ ਕਰਕੇ ਭਾਜਪਾ ਚੂ ਜਾ ਰਹੇ ਨੇ ਕਿਉਂਕਿ ਬਾਤਲਾਂ ਕਰਕੇ ਕਾਲੀ ਦਾਲ ਦੇ ਵਿੱਚ ਸਬਦਾ ਦਮ ਘੁੱਟਦਾ ਜਾ ਰਿਹਾ ਹੈ ਅਮਰਤਸਰ ਦੀ ਭਗਤਾਂ ਵਾਲਾ ਨਾਜ ਮੰਡੀ ਤੋਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖਰੀਦ ਪਹਿਲੇ ਦਿਨ ਕਿਸਾਨਾਂ ਨੂੰ ਮਿਲਿਆ 2660 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਬੀਐਸਐਫ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਲੱਖ ਰੁਪਏ ਨਾਮ ਸਰਹੱਦੀ ਇਲਾਕਿਆਂ ਵਿੱਚ ਡਰੋਨ ਦੀਆਂ ਗਤੀਵਿਧੀਆਂ ਵਾਧੀਆਂ ਜਾ ਰਹੀਆਂ ਨੇ ਅੱਜ ਦਿਨ ਸਰਹਾਦ ਦੇ ਨੇੜੇ ਡਰੋਨ ਵਿਖੇ ਜਾ ਰਹੇ ਹਨ ਜੀ ਬੀਐਸਐਫ ਵੱਲੋਂ ਨਸ਼ਟ ਕਰ ਦਿੱਤਾ ਜਾਂਦਾ ਜਿਨ੍ਹਾਂ ਜੋ ਹਥਿਆਰਾਂ ਦੇ ਨਸ਼ੀ ਦੀ ਸਪਲਾਈ ਕੀਤੀ ਜਾਂਦੀ ਇਸ ਮੌਕੇ ਲੈ ਕੇ ਬੀਐਸਐਫ ਦੇ ਡੀਆਈਜੀ ਪ੍ਰਭাকর ਸ਼ੋਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿ ਡਰੋਨ ਗਤੀਵਿਧੀਆਂ ਨੂੰ ਰੋਕਣ ਦੇ ਲਈ ਸਰਹੱਦੀ ਇਲਾਕਿਆਂ ਦੇ ਲੋਕ ਬੀਐਸਐਫ ਦਾ ਸਾਥ ਦੇਣ ਤਾਂ ਜੋ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਨੂੰ ਰੋਕਿਆ ਜਾ ਸਕੇ ਭਾਰਤ ਫਰਾਂਸ ਯੂਕਰੇਨ ਯੁੱਧ ਤੋ ਪੈਦਾ ਹੋਏ ਸੰਕਟ ਨੂੰ ਸੁਲਝਾਉਣ ਨੂੰ ਛੁੱਟੇ ਪਤੰਦੀ ਕੂਟ ਨੀਤੀ ਦੇ ਰਾਤੇ ਲਿਆਏ ਪਟਿਆਲਾ ਦੇ ਮੀਤ ਪਟਿਆਲਾ ਦੇ ਮੇਅਰ ਸਮੇਤ ਕਈ ਕਾਉਂਸਲਰ ਭਾਜਪਾ ਤੋਂ ਸ਼ਾਮਲ ਕੈਪਟਨ ਅਦੇਸ਼ਮਨੀ ਸ਼ਰਮਾ ਨੇ ਕੀਤਾ ਸਵਾਗਤ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਚ ਅੱਜ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਡਿਪਟੀ ਮੇਅਰ ਅਤੇ ਕਈ ਕਾਉਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਵੀ ਪ੍ਰਧਾਨ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਕੈਪਟਨ ਮਰਿੰਦਰ ਸਿੰਘ ਨੇ ਪਾਜ ਪੰਜਾਬ ਪ੍ਰਧਾਨ ਅਸ਼ੋਨੀ ਸ਼ਰਮਾ ਵੱਲੋਂ ਕੀਤੀ ਉਹਨਾਂ ਦੀ ਪਾਰਟੀ ਦਾ ਸਵਾਗਤ ਕੀਤਾ ਹੈ। ਸਿਹਤ ਵਿਭਾਗ ਦੀ ਦੁੱਧੀਆਂ ਤੇ ਵੱਡੀ ਕਾਰਵਾਈ 16 ਦੇ ਸੈਂਪਲ ਫੇਲ ਹੋ ਚੁੱਕੇ ਨੇ ਸੋ ਬਟੇਂਡਾ ਦੇ ਵਿੱਚ ਸਿਹਤ ਵਿਭਾਗ ਵੱਲੋਂ ਅਗਸਤ ਮਹੀਨੇ ਚ ਭਰੇ ਗਏ ਦੁੱਧ ਦੇ ਸੈਂਪਲਾਂ ਚ ਵੱਡੀ ਗਿਣਤੀ ਚ ਸੈਂਪਲ ਫੇਰ ਹੋ ਚੁੱਕੇ ਨੇ ਜਿਸ ਤੋਂ ਬਾਅਦ ਦੁੱਧੀਆਂ ਨੂੰ ਟੈਨਸ਼ਨ ਪੈ ਚੁੱਕੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਜੀ 13 ਸ਼ਿਰਾਂ ਤੋਂ ਸ਼ੁਰੂ ਹੋਵੇਗੀ 5G ਦੀ ਸੇਵਾ ਚੰਡੀਗੜ੍ਹ ਵਾਸੀ 5G ਦਾ ਚੱਕਣਗੇ ਲਾਭ 5G ਨੈਟਵਰਕ 200 492.8 MBPS ਸਭ ਤੋਂ ਤੇਜ਼ ਆਸਟ ਡਾਊਨਲੋਡ ਸਪੀਡ ਦਰਜ ਕੀਤੀ ਗਈ ਹੈ ਨਰਮੇ ਦੇ ਵਿੱਚ 426 MBPS ਤੇ ਅਮੀਰਾ ਯੂਏ ਦੇ ਵਿੱਚ 409 5G ਨੈਟਵਰਕ ਆਰ ਆਰ ਆਰਕਟੈਕਚਰ ਅਤੇ অপਟੀਮਾਈਜੇਸ਼ਨ ਫਾਈਬਰ ਵਿਛਾਉਣਾ ਕੱਚੀਆਂ ਪ੍ਰਕਿਰਿਆਵਾਂ ਨੂੰ ਸਚਾਰੂ ਬਣਾਉਣਾ ਸਟਰੀਟ ਫਰਨੀਚਰ ਦੀ ਤਿਆਰੀ ਲੋੜੀਂਦੇ ਵਿਕਲਪ ਹਨ ਸਾਬਕਾ ਮੁੱਖ ਮੰਤਰੀ ਦਾ ਖਾਸ ਆਗੂ ਵਿਜੀਲੈਂਸ ਦੇ ਰਡਾਰ ਤੇ ਸਟਰੀਟ ਕੋਟਾਲੇ ਨੂੰ ਗ੍ਰਿਫਤਾਰ ਕੀਤੇ ਗਏ ਵੀਡੀਓ ਨੇ ਪਹੁੰਚ ਗਏ ਦੌਰਾਨ ਸਾਬਕਾ ਮੁੱਖ ਮੰਤਰੀ ਦੇ ਖਾਸ ਕਰ ਆਗੂ ਦਾ ਨਾਮ ਲਿਆ ਹੈ ਜੀ ਉਕਤ ਆਗੂ ਵਿਜੀਲੈਂਸ ਦੀ ਰਡਾਰ ਤੇ ਹੈ ਜੇ ਕਿਸੇ ਨੂੰ ਕਿਤਾ ਪਾਉਣ ਦੀ ਟੀਮ ਦੀ ਲੋੜ ਹੋਵੇ ਤਾਂ ਪ੍ਰਤਾਪ ਸਿੰਘ ਬਾਜਵਾ ਨਾਲ ਸੰਪਰਕ ਕਰੋ ਕਾਂਗਰਸੀਆਂ ਨੇ ਬਹੁਤ ਸੋਨਾ ਡਾਂਸ ਕੀਤਾ ਹੈ ਸੋ ਕੁਲਦੀਪ ਢਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰ ਤੇ ਮਨਕੀਰ ਤੌਲਕ ਦਿੱਲੀ ਦੇ ਵਿੱਚ ਲਾਉਣਗੇ ਸ਼ੋਅ ਸੋ ਇਹ ਵੀ ਵੱਡੀ ਖਬਰ ਹੈ ਗਾਇਕ ਪਰਮੇਸ਼ਰਮ ਵਰਮਾ ਦੇ ਘਰ ਗੁੰਦੀਆਂ ਬੱਚੀਆਂ ਕਲਾਕਾਰੀਆਂ ਲੱਗਿਆ ਵਧਾਈਆਂ ਦਾ ਤਾਂ ਤਾਂ ਗੀਤ ਗਰੇਵਾਲ ਨੇ ਬੀਤੇ ਦਿਨੀਂ ਨਨੀ ਪਰੀ ਨੂੰ ਜਨਮ ਦਿੱਤਾ ਜੀ ਪਰਮੇਸ਼ਰ ਵਰਮਾ ਦੇ ਗੀਤ ਗਰੇਵਾਲ ਉਤੀ ਗੀਤ ਤੇ ਮਾਤਾ ਪਿਤਾ ਬਣ ਕੇ ਨੇ ਇਹ ਖੁਸ਼ਖਬਰੀ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਰਾਤ 10 ਵਜੇ ਤੋਂ ਬਾਅਦ ਸਟੇਜ ਤੇ ਪਹੁੰਚੇ ਬੀਐਮਓ ਦੀ ਬਿਨਾ ਮਾਈਕ੍ਰੋ ਦੇਣਾ ਪਿਆ ਭਾਸ਼ਣ ਲੋਕਾਂ ਤੋਂ ਮੰਗੀ ਮਾਫੀ। ਹਾਲੇ ਪੰਜਾਬ ਸਾਲ 2022-23 ਚੁੱਕੇ ਨੇ ਛੱਡ ਗਏ ਸਕੂਲ ਨਾ ਹੀ ਅੰਕੜੇ ਡੀਜੀ ਸਿੰਘ ਨੇ ਜਾਰੀ ਕੀਤਾ ਹੁਕਮ ਜਾਣਨ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰੋ। ਪੰਜਾਬ ਦੇ ਵਿੱਚ ਲਾਗੂ ਹੋਵੇਗਾ ਨਵਾਂ ਸੇਫਟੀ ਫਾਇਰ ਸੇਫਟੀ ਕਾਨੂੰਨ ਇਮਾਰਤਾਂ ਨੂੰ ਐਨਓਸੀ ਦੇ ਸਾਈਜ਼ ਦੇ ਹਿਸਾਬ ਨਾਲ ਲੱਗੇਗਾ ਫਾਇਰ ਐਕਸਸ ਉਹ ਵੱਡੀ ਖਬਰ ਹੈ ਦੋਸਤੋ ਇਸ ਸੰਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਧੰਨ